ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਜ਼ਰਟ ਪੰਜਾਬੀ ਨਿਊਜ਼ ਤੇ ਮੈਂ ਹਰਸਿਮਰਨ ਕੌਰ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਸਾਡੀ ਖਾਸ ਰਿਪੋਰਟ। ਪੰਜਾਬ ਦੀ ਧਰਤੀ ਤੇ ਪੈਦਾ ਹੋਏ ਲੋਕਾਂ ਨੂੰ ਕੁਦਰਤ ਵੱਲੋਂ ਐਸੀ ਗੈਬੀ ਸ਼ਕਤੀ ਪ੍ਰਾਪਤ ਹੈ ਜਿਸ ਕਾਰਨ ਉਹ ਆਮ ਦੂਸਰੇ ਲੋਕਾਂ ਨਾਲੋਂ ਕੰਮ ਕਰਨ ਵਿੱਚ ਬਹੁਤ ਅੱਗੇ ਰਹਿੰਦੇ ਨੇ। ਪੰਜਾਬੀਆਂ ਦਾ ਮੁੱਢ ਤੋਂ ਹੀ ਸੁਭਾਅ ਦਾ ਨਿਖੜਵਾ ਅੰਗ ਹੈ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨਾ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਖਾਣ ਦਾ ਪ੍ਰਚਲਨ ਪੰਜਾਬੀਆਂ ਦੀ ਸੰਘਰਸ਼ਮਈ ਜ਼ਿੰਦਗੀ ਦਾ ਤਸੱਵਰ ਪੇਸ਼ ਕਰਦਾ ਹੈ। ਪੰਜਾਬੀਆਂ ਨੇ ਰੁਜ਼ਗਾਰ ਦੀ ਤਲਾਸ਼ ਅਤੇ ਵਧੇਰੇ ਆਰਥਿਕ ਵਸੀਲਿਆਂ ਦੀ ਪ੍ਰਾਪਤੀ ਕਾਰਨ ਭਿੰਨ ਭਿੰਨ ਦੇਸ਼ਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸਿੰਗਾਪੁਰ ਸਮੇਤ ਕਈ ਪ੍ਰਮੁੱਖ ਦੇਸ਼ਾਂ ਨੇ ਆਪਣੇ ਬਾਰਡਰ ਉੱਪਰ ਪਾਬੰਦੀ ਲਗਾਈ ਹੋਈ ਹੈ। ਹਾਲਾਂਕਿ ਕੋਰੋਨਾ ਦੀਆਂ ਪਾਬੰਦੀਆਂ ਦੇ ਬਾਵਜੂਦ ਵੀ ਕੈਨੇਡਾ ਭਾਰਤੀਆਂ ਲਈ ਇੱਕ ਪ੍ਰਸਿੱਧ ਡੈਸਟੀਨੇਸ਼ਨ ਬਣਿਆ ਹੋਇਆ। ਦਿੱਲੀ ਹਾਈ ਕਮਿਸ਼ਨ ਦੇ ਅੰਕੜੇ ਅਨੁਸਾਰ 2021 ਦੇ ਪਹਿਲੇ 4 ਮਹੀਨਿਆਂ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤਕਰੀਬਨ 1,00,000 ਸਟੱਡੀ ਵੀਜ਼ਾ ਜਾਰੀ ਕੀਤਾ ਗਿਆ। ਸਾਲ 2020 ਦੇ ਪਹਿਲੇ 4 ਮਹੀਨਿਆਂ ਅਨੁਸਾਰ ਤਕਰੀਬਨ 66,000 ਅਤੇ 2019 ਦੇ ਪਹਿਲੇ 4 ਮਹੀਨਿਆਂ ਵਿੱਚ ਕਰੀਬ 96,000 ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਜਾਰੀ ਕੀਤਾ ਗਿਆ ਸੀ। ਇਹ ਕਿਹਾ ਜਾ ਸਕਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੀ ਇਮੀਗ੍ਰੈਂਟ ਪਾਪੂਲੇਸ਼ਨ ਵਿੱਚ ਵਾਧਾ ਕਰ ਰਹੇ ਨੇ, ਜਿਸ ਨਾਲ ਸਰਕਾਰ ਦਾ ਐਨੂਅਲ ਮਾਈਗ੍ਰੇਸ਼ਨ ਸੰਬੰਧੀ ਟੀਚਾ ਪੂਰਾ ਹੋ ਰਿਹਾ। ਰਾਇਲ ਬੈਂਕ ਆਫ ਕੈਨੇਡਾ ਦੀ ਰਿਪੋਰਟ ਦਰਸਾਉਂਦੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਨੇ ਕੈਨੇਡਾ ਦੀ ਕੋਰੋਨਾ ਮਹਾਂਮਾਰੀ ਕਾਰਨ ਹਿਲੀ ਅਰਥ ਵਿਵਸਥਾ ਨੂੰ ਮੁੜ ਲੀਹ ਤੇ ਲਿਆ ਦਿੱਤਾ ਹੈ। ਪਰ ਹੁਣ ਭਾਰਤੀ ਯਾਤਰੀਆਂ ਤੇ ਪਾਬੰਦੀ ਕਾਰਨ ਅੰਤਰਰਾਸ਼ਟਰੀ ਵਿਦਿਆਰਥੀ ਚਿੰਤਾ ਵਿੱਚ ਨੇ, ਕਿਉਂਕਿ ਸਰਕਾਰ ਨੇ ਭਾਰਤ ਨਾਲ ਸਿੱਧੀਆਂ ਉਡਾਣਾਂ ਤੇ 21 ਸਤੰਬਰ ਤੱਕ ਰੋਕ ਲਗਾ ਦਿੱਤੀ ਹੈ। ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ 1 ਦਹਾਕੇ ਤੋਂ ਕੈਨੇਡਾ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਸੰਦੀਦਾ ਥਾਂ ਰਿਹਾ ਹੈ। ਦ ਟ੍ਰਿਬਿਊਨ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ 4 ਤੋਂ 6 ਲੱਖ ਬੱਚੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਆਇਲਸ ਦਾ ਇਗਜ਼ਾਮ ਦਿੰਦੇ ਨੇ। ਸਰਵੇ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ 5 ਤੋਂ 6,000 ਆਇਲਸ ਦੇ ਕੋਚਿੰਗ ਸੈਂਟਰ ਨੇ, ਜੋ ਕਿ ਕੋਚਿੰਗ ਸੈਂਟਰਸ ਨੂੰ 1100 ਕਰੋੜ ਦੀ ਇੰਡਸਟਰੀ ਬਣਾਉਂਦਾ ਹੈ। ਜੇਕਰ ਇਤਿਹਾਸਿਕ ਪੱਖੋਂ ਦੇਖੀਏ ਤਾਂ 20ਵੀਂ ਸਦੀ ਦੇ ਅੰਤਲੇ ਦਹਾਕੇ ਤੋਂ ਪੰਜਾਬੀ ਨੌਜਵਾਨਾਂ ਦੇ ਪ੍ਰਵਾਸ ਦਾ ਰੁਝਾਨ ਸ਼ੁਰੂ ਹੋਇਆ। ਰੁਝਾਨ ਇਸ ਕਦਰ ਹਾਵੀ ਹੋਇਆ ਕਿ ਅਜੋਕੇ ਸਮੇਂ ਹਰ ਪੰਜਾਬੀ ਨੌਜਵਾਨ ਮੁੱਢਲੀ ਪੜ੍ਹਾਈ ਤੋਂ ਬਾਅਦ ਵਿਦੇਸ਼ ਜਾਣ ਲਈ ਕਾਲਾ ਹੋਇਆ ਬੈਠਾ ਹੈ। ਕੋਈ ਵੀ ਨੌਜਵਾਨ ਆਪਣੇ ਆਪ ਨੂੰ ਇਸ ਦੇਸ਼ ਵਿੱਚ ਸੁਰੱਖਿਅਤ ਨਹੀਂ ਸਮਝਦਾ। ਸਿੱਖਿਆ ਦੇ ਵਪਾਰੀਕਰਨ ਦੇ ਨਾਲ ਨਾਲ ਸਰਮਾਏਦਾਰ ਤਾਕਤਾਂ ਹਰ ਵਿਭਾਗ ਉੱਪਰ ਇਜ਼ਾਰੇਦਾਰੀ ਕਰਕੇ ਉੱਚ ਸਿੱਖਿਆ ਪ੍ਰਾਪਤ ਨੌਜਵਾਨ 5 ਤੋਂ 4,000 ਦੀਆਂ ਨਿਗੂਣੀਆਂ ਨੌਕਰੀਆਂ ਦੇ ਵੀ ਮੁਤਾਜ ਹੋ ਗਏ ਨੇ। ਰਿਸ਼ਵਤਖੋਰੀ ਹਰ ਵਿਭਾਗ ਅੰਦਰ ਸਿਰ ਚੜ੍ਹ ਕੇ ਬੋਲਣ ਲੱਗੀ ਹੈ। ਰਾਜਸੀ ਆਗੂਆਂ ਵੱਲੋਂ ਨੌਜਵਾਨਾਂ ਨੂੰ ਆਪਣੇ ਹਿੱਤ ਵਿੱਚ ਵਰਤਣ ਕਾਰਨ ਗੈਂਗਸਟਰ ਗਰੁੱਪਾਂ ਵਿੱਚ ਵਾਧਾ ਹੋਇਆ। ਇਹ ਸਭ ਕੁਝ ਤੋਂ ਦੁਖੀ ਮਾਪੇ ਆਪਣੇ ਧੀਆਂ ਪੁੱਤਾਂ ਨੂੰ ਹਰ ਹੀਲੇ ਵਿਦੇਸ਼ ਭੇਜਣ ਲਈ ਕਾਲੇ ਪੈ ਗਏ ਨੇ। ਧੰਨਵਾਦ।